ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਵਿੱਚ ਤੇ ਵੀਰ ਜੀ ਇੱਕ ਪ੍ਰੋਸੈਸਰ ਸਰਵਰ ਪੀਐਨ ਦੀਆਂ 20 ਪੋਸਟਾਂ ਆਈਆਂ ਨੇ 20 ਪੋਸਟਾਂ ਆਈਆਂ ਨੇ ਸਿਰਫ 10ਵੀਂ ਪਾਸ ਲਈ ਤੇ ਕੀ ਕੁਝ ਚਾਹੀਦਾ ਹੈ ਸਾਰੀ ਜਾਣਕਾਰੀ ਦਵਾਂਗਾ ਜਿਨ੍ਹਾਂ ਨੇ ਨੌਕਰੀ ਪ੍ਰਾਪਤ ਕਰਨੀ ਹੈ ਵੀਰ ਜੀ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਤੇ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿ ਕਿਹੜੀ ਭਰਤੀ ਆਈ ਹੈ ਉਹਦੇ ਤੁਸੀਂ ਫਾਰਮ ਭਰ ਕੇ ਇਹ ਨੌਕਰੀ ਨੂੰ ਪ੍ਰਾਪਤ ਕਰ ਸਕਦੇ ਹੋ ਤੇ ਵੀਰ ਜੀ ਆਹ ਦੇਖੋ ਇੱਥੇ ਸਾਫ਼-ਸਾਫ਼ ਲਿਖਿਆ ਹੋਇਆ ਹੈ ਡਿਸਟ੍ਰਿਕਟ ਸੀਜ਼ਨ ਜੋ ਗਾਰਡ ਜਲੰਧਰ ਦੇ ਵਿੱਚ ਜਿਹੜੀਆਂ ਵੀਰਜੀ ਭਰਤੀ ਆਈ ਹੋਈ ਹੈ ਜਲੰਧਰ ਦੇ ਵਿੱਚ ਜਿਹੜੀ ਹੈ ਪ੍ਰੋਸੈਸਰ ਪ੍ਰੋਸੈਸ ਸਰਵਰ ਤੇ ਪੀਐਨ ਦੀਆਂ ਵਾਕੈਂਸੀਆਂ ਆਇਆ ਨੇ ਇਦਾਂ ਦੇ ਵਿੱਚ ਵੀਰਜੀ ਇਹਨਾਂ ਨੇ ਮੰਗਿਆ ਆਇਆ ਆ 10ਵੀਂ ਪਾਸ ਸਿਰਫ ਮੰਗੀ ਹੋਈ ਆ ਤੇ ਵੀਰਜੀ ਇਹਦਾ ਨੋਟੀਫਿਕੇਸ਼ਨ ਡਾਊਨਲੋਡ ਕਰ ਲੈਣੇ ਵੀਰਜੀ ਦੀ ਗੱਲ ਕੀਤੀ ਜਾਵੇ 21/9/2021 ਜੜੀ ਹੈ ਦੀ ਲਾਸਟ ਹੈ 21 ਸਤੰਬਰ ਇਹਦੀ ਲਾਸਟ ਤਰੀਕ ਹੈ ਤਾਂ ਤੱਕ ਤੁਸੀਂ ਫਾਰਮ ਭਰ ਕੇ ਅਪਲਾਈ ਕਰ ਸਕਦੇ ਹੋ ਤੇ ਵੀਰ ਜੀ ਆ ਦੇਖੋ ਮੈਂ ਇਹਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਡਾਊਨਲੋਡ ਕਰ ਲੈਣਾ ਆ ਤੇ ਨੋਟੀਫਿਕੇਸ਼ਨ ਵੀਰ ਜੀ ਜੇ ਤੁਹਾਨੂੰ ਚਾਹੀਦਾ ਆ ਤੇ ਵੀਰ ਜੀ ਟੈਲੀਗ੍ਰam ਦਾ ਲਿੰਕ ਆ ਦੇਖੋ ਥੱਲੇ ਵੀ ਸ਼ੋ ਹੋ ਰਿਹਾ ਵਾ ਜੇ ਤੁਸੀਂ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਜਾਣਾ ਆ ਉੱਥੇ ਤੁਸੀਂ ਟੈਲੀਗ੍ਰam ਦਾ ਜਿਹੜਾ ਆ ਆਈਡੀ ਲੈਣੀ ਆ ਤਾਂ ਉੱਥੇ ਤੁਸੀਂ ਹੇਉ ਦਾ ਮੈਂ ਲਿੰਕ ਦਿੱਤਾ ਹੋਇਆ ਹੈਗਾ ਟੈਲੀਗ੍ਰਾਮ ਆਈਡੀ ਦਾ ਤੇ ਤੁਸੀਂ ਉੱਥੋਂ ਹੀ ਜਾ ਕੇ ਵੀ ਤੁਸੀਂ ਮੇਰਾ ਟੈਲੀਗ੍ਰਾਮ ਚੈਨਲ ਜੁਆਇਨ ਕਰ ਸਕਦੇ ਹੋ ਇੰਸਟਾਗ੍ਰam ਤੇ ਮੈਨੂੰ ਫੋਲੋ ਕਰ ਸਕਦੇ ਹੋ ਵੀਰ ਜੀ ਇਹ ਜਿਹੜਾ ਟੈਲੀਗ੍ਰਾਮ ਤੇ ਮੈਂ ਪਾ ਦਿੱਤਾ ਹੈ ਉੱਥੇ ਤੁਸੀਂ ਦੇਖ ਸਕਦੇ ਹੋ ਆਈਡੀ ਮੈਂ ਦਿੱਤੀ ਹੋਈ ਆ ਦੇਖੋ ਥੱਲੇ ਆ ਰਿਹਾ ਬਾਕੀ ਵੀਰ ਜੀ ਆ ਨੋਟੀਫਿਕੇਸ਼ਨ ਹੈ ਇਹ ਸਾਰਾ ਨੋਟੀਫਿਕੇਸ਼ਨ ਚ ਦਿੱਤਾ ਆ ਕਿ ਕੀ ਕੋਈ ਚਾਹੀਦਾ ਕਿੰਨੀ ਤਨਖਾਹ ਆ ਸਾਰੀ ਜਾਣਕਾਰੀ ਦਿੱਤੀ ਆ ਵੀਰ ਜੀ ਆ ਦੇਖੋ ਇੱਥੇ ਸਾਫ਼-ਸਾਫ਼ ਲਿਖਿਆ ਹੋਇਆ ਐ ਐਸਸੀ ਦੀ ਇੱਕ ਵੈਕੈਂਸੀ ਆ ਪ੍ਰੋਸੈਸਰ ਸਰਵਰ ਦੇ ਵਿੱਚ ਐਕਸ ਸਰਵਿਸਮੈਨ ਦੀਆਂ ਦੋ ਨੇ ਤੇ ਹੈਂਡੀ ਤੇ ਵੀਰ ਜੀ ਇਹਦੇ ਵਿੱਚ ਮੈਂ ਸਿੰਪਲ ਤੌਰ ਤੇ ਦੱਸ ਦਿੰਨਾ ਵਾਂ ਕਿ 10000 ਰੁਪਇਆ 680 10680 ਦੇ ਤਕਰੀਬਨ ਪਲੱਸ 1800 ਮਤਲਬ ਤਕਰੀਬਨ 1200 ਦੇ 12000 ਦੇ ਤਕਰੀਬਨ ਇਹਦੀ ਤਨਖਾਹ ਹੋਏਗੀ ਵੀਰ ਜੀ 10ਵੀਂ ਪਾਸ ਜੇ ਤੇ ਵੀਰ ਜੀ ਅੱਗੇ ਗੱਲ ਕੀਤੀ ਜਾਵੇ ਤੇ ਆਪੀਿਆਂ ਦੀਆਂ ਵੈਕੈਂਸੀਆਂ ਆਈਆਂ ਨੇ ਜਰਨਲ ਦੀਆਂ 10 ਵੈਕੈਂਸੀਆਂ BC ਦੀਆਂ 3 SC ਦੀ ਇੱਕ X ਸਰਵਿਸਮੈਨ ਦੀ ਇੱਕ X ਸਰਵਿਸਮੈਨ BC ਦੀ ਇੱਕ ਤੇ ਵੀਰ ਜੀ ਇਹਨਾਂ ਨੇ ਵੀ 10ਵੀਂ ਪਾਸ ਮੰਗੀ ਆ ਇਹਦੀ ਤਨਖਾਹ ਦੀ ਗੱਲ ਕੀਤੀ ਜਾਵੇ ਤੇ ਵੀਰ ਜੀ ਇਹਦੀ ਤਕਰੀਬਨ ਤਨਖਾਹ ਉਹੀ 5000 ਤੋਂ ਲੈ ਕੇ 10000 680 ਤਨਖਾਹ ਕੀ ਪਲੱਸ 1650 ਡੀਏ ਤਕਰੀਬਨ 10000 ਦੇ ਤਕਰੀਬਨ ਤਨਖਾਹ ਦੀ ਵੀ ਹੋਏਗੀ ਤੇ ਵੀਰ ਜੀ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦਿੰਦਾ ਕਿ ਵੀਰ ਜੀ ਇਹਦੇ ਵਿੱਚ ਕੀ ਕੁਝ ਮੰਗਿਆ ਸਿਰਫ ਦਸਵੀਂ ਪਾਸ ਵੰਗੀ ਆ ਉਤੋਂ ਵੀਰ ਜੀ 18 ਸਾਲ ਤੋਂ ਲੈ ਕੇ 35 ਸਾਲ ਤੱਕ ਤੁਸੀਂ ਵੀਰ ਜੀ ਇਹਦੇ ਜਿਹੜੇ ਆ 18 ਸਾਲ ਤੋਂ 35 ਸਾਲ ਤੱਕ ਅਪਲਾਈ ਮੁੰਡੇ ਕਰ ਸਕਦੇ ਨੇ ਵੀਰ ਜੀ ਇਹਨਾਂ ਨੇ ਸਾਰਾ ਐਡਰੈਸ ਵੀ ਦਿੱਤਾ ਹੋਇਆ ਨੋਟੀਫਿਕੇਸ਼ਨ ਤੁਸੀਂ ਖੁਦ ਵੀ ਪੜ ਸਕਦੇ ਹੋ ਇਨਾਂ ਨੇ ਦੱਸਿਆ ਕਿ ਕੈਂਡੀਡੇਟ ਜਿਹੜੇ ਰਿਪੋਰਟ ਕਰਨ ਅ ਇੰਟਰਵਿਊ ਹੋਏਗੀ ਉੱਥੇ ਵੀਰ ਜੀ ਕੋਰਟ ਕੰਪਲੈਕਸ ਦੇ ਵਿੱਚ ਆਪੋਜ਼ਿਟ ਮਾਇਆ ਹੋਟਲ ਜਲੰਧਰ 10 ਵਜੇ ਵੀਰ ਜੀ ਇੰਟਰਵਿਊ ਹੋਏਗੀ ਵੀਰ ਜੀ ਇੱਕ ਇਹਨਾਂ ਨੇ ਫਾਰਮ ਵੀ ਦਿੱਤਾ ਹੋਇਆ ਦੇਖੋ ਥੱਲੇ ਫਾਰਮ ਹੈ ਇਹ ਤੁਸੀਂ ਭਰ ਕੇ ਅਪਲਾਈ ਕਰ ਸਕਦੇ ਹੋ ਤੇ ਚਿੱਠੀ ਵੀ ਪਾ ਸਕਦੇ ਹੋ ਤੇ ਵੀਰ ਜੀ ਆਹੋ ਹੀ ਸਿੰਪਲ ਜੀ ਜਾਣਕਾਰੀ ਸੀ ਸਾਰੀ ਤੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ 20 ਵੈਕੈਂਸੀਆਂ ਜੀ ਵੀਰ ਜੀ ਇਹਦੇ ਵਿੱਚ ਪੀਐਨ ਦੀਆਂ ਜੇ ਤੇ ਪ੍ਰੋਸੈਸ ਸਰਵਰ ਦੀਆਂ ਜੇ ਪ੍ਰੋਸੈਸਰ ਵਰਦੀ ਦੀ ਤਕਰੀਬਨ 12000 ਦੇ ਤਕਰੀਬਨ ਤਨਖਾਹ ਮਿਲੇ ਆ ਤੇ 12000 ਦੇ ਲਾਗੇ ਤਨਖਾਹ ਮਿਲੇਗੀ ਤੇ ਜਿਹੜੀ ਆ ਵੀਰਜੀ ਦੂਸਰਾ ਜਿਹੜਾ ਪੀਐਨ ਦੀ ਤਨਖਾਹ ਵੀ ਉਹ 10000 ਦੇ ਲਾਗੇ ਮਿਲੇਗੀ ਬਹੁਤ ਹੀ ਵਰਦੀਆ ਭਰਤੀ ਜੇ ਤੁਸੀਂ ਸਿਰਫ 10ਵੀਂ ਪਾਸ ਕੀਤੀ ਹੈ ਤੁਸੀਂ ਜਲੰਧਰ ਦੇ ਲੋਕਲ ਹੋ ਜਾਂ ਅੰਮ੍ਰਿਤਸਰ ਦੇ ਲੋਕਲ ਹੋ ਲਾਗੇ ਤੁਹਾਨੂੰ জানা ਸੌਖਾ ਹੋਏਗਾ ਤੇ ਤੁਸੀਂ ਇਹ ਫਾਰਮ ਭਰ ਕੇ ਅਪਲਾਈ ਕਰ ਸਕਦੇ ਹੋ ਵੀਰਜੀ ਵੀਡੀਓ ਚੰਗੀ ਲੱਗੇ ਤੇ ਲਾਈਕ ਜ਼ਰੂਰ ਕਰ ਦਿਓ ਜੈ ਹਿੰਦ ਦੋਸਤੋ